दोस्तों सब तो पहलां तां प्यार भरी सत श्री अकाल जी। दोस्तों अज असी उस लेखक दे विचार थोड़े नाल सांझे करन जा रहे हां जिन्हां ने सरदार अमर सिंह चमकीला जी दे बहुत गीतां दा डुंघाई विच जा के अध्ययन किया है ते आउण वाले समें विच ओह अमर सिंह चमकीला जी दे गीतां ते PhD करन दी तैयारी विच हन। उस लेखक दा नाम है सुखराज सिंह राजा। सुखराज सिंह राजा नाल होईयां कुछ गल्लां बातां थोड़े नाल सांझियां करन जा रहे हाँ। अज दी वीडियो दा टाइटल है गीतकारी ते गायकी गगन दा ध्रुव तारा अमर सिंह चमकीला। पिंड दुगरी दा जमपल धनी राम किसे दिन एक नवे नाम नाल अमर सिंह चमकीला बन के चमकेगा। यह किसे दे चेते चित भी नहीं सी। लोकां ने उस नूं उस समय जाणिया ते पहचाणिया जदों धनी राम पंजाबी दुगाने दे पिंड विच चमकीला बन के नितरिया। ਉਹ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਪੁੰਨਿਆਂ ਦਾ ਚਰਨ ਬਣ ਕੇ ਚੜ੍ਹਿਆ ਅਤੇ ਦੇਸ਼ ਦੀ ਗਾਇਕੀ ਅਤੇ ਗੀਤਕਾਰੀ ਦੇ ਗਗਨ ਉੱਤੇ ਧਰੂ ਤਾਰਾ ਬਣ ਕੇ ਸਦਾ ਲਈ ਅਮਰ ਹੋ ਗਿਆ। ਗੁਲਜ਼ਾਰ ਸਿੰਘ ਸ਼ੌਂਕੀ ਜੀ ਨੇ ਆਵਾਜ਼ ਮਰਦੀ ਨਹੀਂ ਵਿੱਚ ਲਿਖਿਆ ਹੈ ਕਿ ਪੰਜਾਬੀ ਲੋਕ ਗਾਇਕੀ ਅਤੇ ਗੀਤਕਾਰੀ ਵਿੱਚ ਜੋ ਮੀਲ ਪੱਥਰ ਧਨੀ ਰਾਮ ਨੇ ਉਰਫ ਅਮਰ ਸਿੰਘ ਚਮਕੀਲਾ ਬਣ ਕੇ ਗੱਡਿਆ ਉਸ ਨੂੰ ਹੁਣ ਤੱਕ ਕੋਈ ਵੀ ਗਾਇਕ ਜਾਂ ਗੀਤਕਾਰ ਪਾਰ ਨਹੀਂ ਕਰ ਸਕਿਆ। ਇਹ ਕਥਨ ਅੱਜ ਵੀ ਅੱਖਰ ਅੱਖਰ ਸੱਚ ਹੈ। ਬਹੁਤ ਸਾਰੇ ਗਾਇਕਾਂ ਨੇ ਉਸਦੀ ਨਕਲ ਕਰਕੇ ਗੀਤ ਗਾਏ ਅਤੇ ਉਸਦੀਆਂ ਤਰਜ਼ਾਂ ਚੁਰਾਈਆਂ ਪਰ ਚਮਕੀਲੇ ਤੱਕ ਕੋਈ ਵੀ ਨਹੀਂ ਅਪੜ ਸਕਿਆ। ਅਸਲ ਵਿੱਚ ਚਮਕੀਲਾ ਇੱਕ ਮੌਲਿਕ ਕਲਾਕਾਰ ਸੀ। ਉਹ ਕਿਸੇ ਦੀ ਨਕਲ ਨਹੀਂ ਸੀ ਕਰਦਾ। ਸਾਡੇ ਕਈ ਭੁਲੱਕੜ ਵੀਰ ਆਖ ਦਿੰਦੇ ਹਨ ਕਿ ਯਾਰ ਫਲਾਣੇ ਕਲਾਕਾਰਾਂ ਦੀ ਕੈਸਟ ਸੁਣ ਕੇ ਵੇਖੋ ਬਿਲਕੁਲ ਹੀ ਅਮਰ ਸਿੰਘ ਚਮਕੀਲੇ ਵਾਂਗ ਗਾਉਂਦਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਚਮਕੀਲੇ ਨੇ ਕਿਹਦੇ ਵਾਂਗ ਗਾਇਆ ਹੈ। ਚਮਕੀਲੇ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਸਨ ਅਤੇ ਚਮਕੀਲੇ ਦੇ ਸਮਕਾਲੀ ਕਲਾਕਾਰ ਵੀ ਬਹੁਤ ਸੀ ਜਿਨ੍ਹਾਂ ਦਾ ਪੂਰਾ ਨਾਂ ਸੀ ਪਰ ਚਮਕੀਲੇ ਨੇ ਕਿਸੇ ਹੋਰ ਵਾਂਗ ਨਹੀਂ ਗਾਇਆ। ਦਰਅਸਲ ਵਾਂਗ ਸ਼ਬਦ ਹੀ ਇੱਥੇ ਕਲਾਕਾਰ ਨੂੰ ਕਲਾਕਾਰ ਨਹੀਂ ਰਹਿਣ ਦਿੰਦਾ ਅਤੇ ਉਸਨੂੰ ਨਕਲੀਆ ਬਣਾ ਧਰਦਾ ਹੈ। ਜਿੱਥੇ ਮੌਲਿਕ ਕਲਾ ਹੋਵੇ ਉੱਥੇ ਨਕਲ ਦਾ ਕੋਈ ਸਥਾਨ ਨਹੀਂ ਹੁੰਦਾ। ਮੌਲਿਕਤਾ ਦੀ ਘਾਟ ਜਾਂ ਅਣਹੋਂਦ ਕਰਕੇ ਹੀ ਕੋਈ ਨਕਲ ਕਰਦਾ ਹੈ। ਮੇਰੀ ਧਾਰਨਾ ਹੈ ਕਿ ਚਮਕੀਲੇ ਦੀ ਚੜ੍ਹਤ ਵੀ ਉਸਦੀ ਮੌਲਿਕਤਾ ਅਤੇ ਪ੍ਰਤਿਭਾ ਕਰਕੇ ਹੀ ਸੀ। ਆਖਦੇ ਹਨ ਕਿ ਮੌਲਿਕਤਾ ਕਦੇ ਮਰਦੀ ਨਹੀਂ, ਸੋ ਅਮਰ ਸਿੰਘ ਚਮਕੀਲਾ ਆਪਣੀ ਮੌਲਿਕ ਪ੍ਰਤਿਭਾ ਦੇ ਕਾਰਨ ਸਦਾ ਲਈ ਅਮਰ ਹੋ ਗਿਆ ਹੈ। ਆਮ ਧਾਰਨਾ ਇਹੀ ਹੈ ਕਿ ਚਮਕੀਲਾ ਲੱਚਰ ਗਾਉਂਦਾ ਸੀ ਪਰ ਸਾਡੇ ਕੋਲ ਲੱਚਰਤਾ ਨੂੰ ਸਿੱਧ ਕਰਨ ਵਾਲਾ ਕੋਈ ਮਾਪਦੰਡ ਨਹੀਂ ਜਿਸ ਨਾਲ ਅਸੀਂ ਅੱਜ ਤੱਕ ਸਪਸ਼ਟ ਕਰ ਸਕੀਏ ਕਿ ਲੱਚਰ ਜਾਂ ਅਸ਼ਲੀਲ ਕੀ ਹੈ। ਅੱਜ ਆਧੁਨਿਕਤਾ ਦੇ ਨਾਮ 'ਤੇ ਜੋ ਗੰਦ TV ਚੈਨਲ ਪਰੋਸ ਰਹੇ ਹਨ ਉਸ ਨੂੰ ਦੇਖ ਕੇ ਕੌਣ ਲੱਚਰਤਾ ਸਿੱਧ ਕਰ ਸਕੇਗਾ ਚਮਕੀਲੇ ਵਿੱਚ। ਸਮੇਂ ਦੀ ਮੰਗ ਨੂੰ ਮੁੱਖ ਰੱਖ ਕੇ ਹੀ ਤਾਂ ਗਾਇਆ ਸੀ ਚਮਕੀਲੇ ਨੇ। ਅੱਜ ਸਕਰੀਨ ਉੱਤੇ ਜਿਹੜਾ ਚਿਹਰਾ ਦਿਖਾਉਣ ਦੀ ਸੁਵਿਧਾ ਉਪਲਬਧ ਹੈ ਪਰ ਫਿਰ ਵੀ ਕਲਾਕਾਰ ਆਪਣਾ ਚਿਹਰਾ ਨਾ ਦਿਖਾ ਕੇ ਅੱਧ ਨੰਗੀਆਂ ਕੁੜੀਆਂ ਦਿਖਾ ਰਹੇ ਹਨ। ਚਮਕੀਲੇ ਦੇ ਸਮੇਂ ਇਹੀ ਸੁਵਿਧਾ ਉਪਲਬਧ ਹੁੰਦੀ ਤਾਂ ਸੰਭਾਵਨਾ ਇਹੀ ਸੀ ਕਿ ਉਹ ਸਕਰੀਨ 'ਤੇ ਆਪਣਾ ਚਿਹਰਾ ਲੈ ਕੇ ਪੇਸ਼ ਹੁੰਦਾ, ਨਾ ਕਿ ਅੱਧ ਨੰਗੀਆਂ ਕੁੜੀਆਂ, ਕਿਉਂਕਿ ਚਮਕੀਲੇ ਕੋਲ ਸਟੇਜੀ ਕਲਾ ਵੀ ਸੀ ਅਤੇ ਸਾਹਿਤਕ ਸੂਝ ਵੀ। ਜੇਕਰ ਉਸਨੂੰ ਸਾਹਿਤਕ ਸੂਝ ਸੀ ਤਾਂ ਹੀ ਤਾਂ ਉਸਨੇ ਸੁੰਦਰ ਅਲੰਕਾਰ ਸਿਰਜੇ ਜਿਹਦਾ ਨਮੂਨਾ ਪੇਸ਼ ਹੈ ਦੰਦ ਮੋਤੀਆਂ ਦੇ ਦਾਣੇ, ਲਾਲ ਬੁੱਲੀਆਂ, ਸੰਧੂਰੀ ਜਿਹਾ ਰੰਗ ਹੋ ਗਿਆ। ਅਲੰਕਾਰਾਂ ਨੇ ਨਾਲ ਨਾਲ ਉਸਦੇ ਗੀਤਾਂ ਵਿੱਚ ਬਿੰਬ ਅਤੇ ਦ੍ਰਿਸ਼ ਚਰਿੱਤਰਣ ਵੀ ਬਾਕਮਾਲ ਹੈ। ਸਭ ਤੋਂ ਮਹੱਤਵਪੂਰਨ ਅਤੇ ਪਹਿਲੀ ਦੇਣ ਹੈ ਚਮਕੀਲੇ ਦੀ ਧਾਰਮਿਕ ਦੁਗਾਣੇ, ਉਹ ਵੀ ਉੱਚ ਪਾਏ ਦੇ, ਜਿਨ੍ਹਾਂ ਦੀ ਬਰਾਬਰਤਾ ਅਜੇ ਤੱਕ ਵੀ ਨਹੀਂ ਕਿਸੇ ਤੋਂ ਹੋ ਸਕੀ। ਜਿਸ ਦੀ ਐਡੀ ਵੱਡੀ ਦੇਣ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੱਤਾ, ਇਹ ਕਮਾਲ ਹੈ। ਸਰਹੰਦ ਦੀ ਦੀਵਾਰ ਨੂੰ ਇੱਕ ਪਾਤਰ ਦੇ ਰੂਪ ਵਿੱਚ ਖੜ੍ਹਾ ਕਰਕੇ ਦੂਸਰੇ ਪਾਸੇ ਇੱਕ ਸਿੱਖ ਦਾ ਪਾਤਰ ਸਿਰਜ ਕੇ ਦ੍ਰਿਸ਼ ਚਿੱਤਰਨ ਦੀ ਜੁਗਤ ਵਰਤ ਕੇ ਪੂਰੀ ਤਸਵੀਰ ਪੇਸ਼ ਕਰ ਦਿੱਤੀ ਸਵਰਨ ਸੀਵੀਆ ਦੀ ਕਲਮ ਨੇ ਅਤੇ ਉਸ ਵਿੱਚ ਜਾਨ ਪਾ ਦਿੱਤੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀਆਂ ਆਵਾਜ਼ਾਂ ਨੇ। ਦੂਸਰੀ ਉਦਾਹਰਣ ਹੈ ਧਾਰਮਿਕ ਗੀਤ ਤਲਵਾਰ ਮੈਂ ਕਲਗੀ ਧਰਦੀ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਅਧਿਐਨ ਦੇ ਨਾਲ ਨਾਲ ਸ਼ਸਤਰ ਸਿੱਖਿਆ ਗ੍ਰਹਿਣ 'ਤੇ ਵੀ ਜ਼ੋਰ ਦਿੱਤਾ, ਜਿਸ ਗੱਲ ਦੀ ਪ੍ਰੋੜਤਾ
गुरु साहब दियां इह सत्रां करदियां हन। अस कृपान खंडो खड़ग, इत्थे इसे शस्त्र प्रेम दे भावां नूं मुख रख के दो पात्र सिरजे हन, तीर अते तलवार। दोहां पात्रां नूं शस्त्र रूप विच पेश कीता है। गुरु गोबिंद सिंह जी इन्हां हथियारां नूं किंज संभाल के रखदे सी, इस गल दे पूरे भाव प्रगट हुंदे हन। इह चमकीले दी दुगाणा धार्मिक खेत्र विच नवेकली अते अजीम देण है। इन्ने वधिया रूप विच धार्मिक चिन्हां दा पात्रां दे रूप विच दृश्य चित्रण दुगाणा खेत्र विच अज तक कोई नहीं पेश कर सकिया। बाकी रही गल दूसरे चर्चित दुगाणियां दी, इत्थे भी हैरानी वालियां गल्लां हन। तर्जां बनाउण विच चमकीले दा कोई सानी नहीं सी। एक कैसेट विच जिस ढंग दियां तर्जां हुंदियां सी, जिवें भुल गई मैं कुंड कढ़णा विच अते जीजा लक्ष्मण लै विच, तर्जां बिल्कुल वक्खो वक्खरियां हन। इत्थे अज असी अजोकी गायकी विच देखिए तां हैरानी होर भी वध जांदी है, जदों देखदे हां कि एक खास प्रकार दी तर्ज विच गाया गीत पॉपुलर हो जाए तां उस गीत नूं गाउण वाला कलाकार होर ढेर सारे गीत उसे पुराने गीत की तर्ज ते गा रहा हुंदा है। सिर्फ शब्द ही बदलते हैं। चमकीले दे दुगाने हर वार नवेकले अंदाज विच आए हैं। पुराने विषय भी उसने नवे ढंग नाल पेश किए हैं। एक होर महत्वपूर्ण गल है, जिस समय चमकीले दे रिकॉर्ड बड़े स्पीकरां विच बजदे सी, उस समय के मशहूर गीतों विचों सी टकुए ते टकुआ खड़के, जो वार वार फरमाइश करके सुनिया जाता सी। पर चमकीले ने धार्मिक कैसटां विचले दुगाने उन्हां पॉपुलर गीतों दी तर्जां ते ना गा के सगों नवेकलियां तर्जां ते गाए। अज कल कलाकार अपने गाए होर गीतों दी तर्जां ते धार्मिक गीत गा के खुद ही हासे दे पात्र बन रहे हन। इस पक्खों भी चमकीले दा कोई सानी नहीं। इस्त्री मर्द दे बहु प्रकारी संबंधां बारे गीत लिखण विच चमकीला आधुनिक मनोविज्ञान विच फ्राइड दे बराबर जा खड़दा है। उसनूं इन्नी सूझ सी कि अज दे स्रोते की चाहुंदे हन। गीत दी सिनफ जो कि कन्न रस जां सुरवणीय माध्यम है, ना कि दृश देखण वाला। इस लई अजोके समय गीत नूं देखण वाली चीज़ बना के पेश करना गीत दी महत्ता नूं खोरा लाउणा है। स्रोता सुन के बिंबां नूं अपने हिसाब नाल मन दी स्क्रीन उत्ते प्रगटा के वेखदा जां महसूस करता है। यही गीत जां दुगाने दी महत्ता है। वेखण नाल जो घट जांदी है, मर्द औरत दे समाज प्रवानित संबंधां अते अप्रवानित संबंधां नूं प्रगटाउंदियां पुरातन विधावां विच भी बहुत सारियां रचनावां मिलदियां हन, जिन्हां संबंधां नूं ही चमकीले ने पंजाबी परिवारां दे पिछोकड़ रीति रिवाज ਅਤੇ ਸੱਭਿਆਚਾਰਕ ਮਾਹੌਲ ਵਿੱਚ ਲੈ ਕੇ ਦੁਗਾਣਿਆਂ ਦੇ ਵਿਸ਼ੇ ਬਣਾਏ। ਇੱਕ ਅਮਲੀ ਦੀ ਮਰਦ ਪ੍ਰਵਾਨਗੀ ਵਾਲੀ ਜੀਵਨ ਸ਼ੈਲੀ ਵਿੱਚੋਂ ਨਿਕਲਿਆ ਦੁਗਾਣਾ ਉਸਦੇ ਜੀਵਨ ਦੇ ਹਾਲਾਤਾਂ ਨੂੰ ਵੀ ਬਿਆਨ ਕਰਦਾ ਹੈ। ਉਸਦਾ ਦੁਗਾਣਾ ਹੈ ਕਰਦਾ ਗੰਡਾ ਸਾ ਤਿੱਖਾ ਜੈ ਖਾਣੀ ਦਾ। ਇਸੇ ਦੁਗਾਣੇ ਵਿੱਚੋਂ ਸਾਨੂੰ ਚਮਕੀਲੇ ਦੀ ਸਾਹਿਤਕ ਸੂਝ ਅਤੇ ਉਸਨੂੰ ਛੰਦ ਵਧਾਉਣ ਬਾਰੇ ਗਿਆਨ ਹੋਣ ਬਾਰੇ ਪਤਾ ਲੱਗਦਾ ਹੈ। ਇਸ ਦੁਗਾਣੇ ਵਿੱਚ ਅਮਰਜੋਤ ਵੱਲੋਂ ਗਾਈਆਂ ਤੁੱਕਾਂ ਹਨ, ਦੱਸਾਂ ਕਿ ਕਰਤੂਤ ਵੇ ਤੇਰੀ ਰੱਖਤੀ ਘੱਗਰੀ ਗਹਿਣੇ ਮੇਰੀ। ਇਸ ਦੇ ਨਾਲ ਹੀ ਚਮਕੀਲੇ ਨੇ ਆਖਿਆ ਧਿਆਨ ਨਾਲ ਜਰਕ, ਤਾਂ ਦੂਸਰੀ ਵਾਰ ਅਮਰਜੋਤ ਇਸ ਤਰ੍ਹਾਂ ਬੋਲਦੀ ਹੈ, ਦੱਸਾਂ ਕਿ ਕਰਤੂਤ ਵੇ ਤੇਰੀ ਰੱਖਤੀ ਗਹਿਣੇ ਘੱਗਰੀ ਮੇਰੀ। ਹੁਣ ਅਸੀਂ ਸੋਚ ਸਕਦੇ ਹਾਂ ਕਿ ਗਹਿਣੇ ਮੇਰੀ ਅਤੇ ਘੱਗਰੀ ਮੇਰੀ ਵਿੱਚ ਕੀ ਫਰਕ ਹੁੰਦਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰਿਕਾਰਡ ਕਰਾਉਣ ਤੋਂ ਪਹਿਲਾਂ ਗਾਉਣ ਦੀ ਕਿੰਨੀ ਮਿਹਨਤ ਕੀਤੀ ਹੋਵੇਗੀ। ਤਾਂ ਹੀ ਤਾਂ ਅਮਰਜੋਤ ਵਾਰ ਵਾਰ ਗਹਿਣੇ ਮੇਰੀ ਬੋਲਦੀ ਹੋਵੇਗੀ ਅਤੇ ਉਸਨੂੰ ਦੱਸਿਆ ਜਾਂਦਾ ਹੋਵੇਗਾ ਕਿ ਇੰਜ ਤਾਂ ਧਿਆਨ ਨਾਲ ਜਰਕ ਕਹਿਣ 'ਤੇ ਹੀ ਸਮਝ ਗਈ ਅਤੇ ਦੂਜੀ ਵਾਰੀ ਠੀਕ ਕਰਕੇ ਬੋਲਿਆ ਜਾਂ ਗਾਇਆ। ਇਸ ਤਰ੍ਹਾਂ ਦੀਆਂ ਬਰੀਕੀਆਂ ਚਮਕੀਲੇ ਦਾ ਗਹਿਣ ਅਧਿਐਨ ਕਰਨ 'ਤੇ ਹੀ ਸਮਝ ਆ ਸਕਦੀਆਂ ਹਨ। ਇੱਕ ਲੋਕ ਬੋਲੀ ਹੈ, ਰਾਤੀ ਮੈਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ, ਬਈ ਸੁਪਨੇ ਵਿੱਚ ਇੱਕ ਤੇਵੀਂ ਵੇਖੀ ਮੈਂ ਉਹਦੇ ਨਾਲ ਹੱਸਦਾ, ਤੜਕੇ ਨੂੰ ਉੱਜੜ ਗਿਆ ਚੰਗਾ ਭਲਾ ਕਰ ਵੱਸਦਾ। ਅਸਲ ਵਿੱਚ ਪੁਰਾਣੀ ਸੰਸਾਰ ਵਿੱਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਕਾਮ ਦੇ ਮਾਮਲੇ ਵਿੱਚ ਸਮਾਜਿਕ ਬੰਧਨਾਂ ਦੀ ਸਖ਼ਤ ਪਕੜ ਵਿੱਚ ਜਕੜਿਆ ਰਿਹਾ ਹੈ। ਇਸ ਲਈ ਇਹ ਸੁਭਾਵਿਕ ਹੀ ਹੈ ਕਿ ਕਾਮ ਦਾ ਸ਼ਕਤੀਸ਼ਾਲੀ ਜਜ਼ਬਾ ਬੰਦੇ ਦੇ ਦਿਮਾਗ 'ਤੇ ਹਰ ਵੇਲੇ ਛਾਇਆ ਰਹਿੰਦਾ ਹੈ। ਇਸ ਬਾਰੇ ਹੋਰ ਜਾਣਨ ਲਈ ਫਰਾਇਡ ਦਾ ਸੁਪਨਿਆਂ ਦਾ ਮਨੋਵਿਗਿਆਨ ਪੜ੍ਹਿਆ ਜਾ ਸਕਦਾ ਹੈ।
फ्राइड एक अमेरिका का बहुत बड़ा लेखक होया है। सो उपरोक्त लोक बोली के संदर्भ में रख के चमकीले दे गीत भुल गई मैं कुंड कढ़ना विच छड़े बंदे की मानसिकता अते उसके अंदर रड़कती औरत की घाट नू महसूस किया जा सकता है। चमकीले ने पंजाबी सभ्याचारक पिछोकड़ तो बारी गल कोई भी नहीं की, सगो उसनू समय दे हाण दा करके बिल्कुल नवेकले अंदाज विच पेश किया है। चमकीले नू सुनिया अते पंडिया तो बहुत जा रहा है पर उस उत्ते गहन अध्ययन अजे तक नहीं होया। इस करके कुछ लेखक चमकीले ते PhD करन दी तैयारी विच हन। बहुत बहुत धन्यवाद दोस्तों, मिलते हैं अगली वीडियो नाल।